ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ نیوز ਚੈਨਲ ਤੇ ਮੈਂ ਹਾਂ ترਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨੋਂ ਵੱਡੀਆਂ ਖਬਰਾਂ ਦੋਸਤੋ ਨਾ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੋਣਵੀਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਕਿ ਕੈਨੇਡਾ 'ਚ ਹੁਣ ਭਾਰਤੀ 2 ਸਾਲ ਤੱਕ ਨਹੀਂ ਕਰ ਸਕਣਗੇ ਇਹ ਕੰਮ ਟੂਡੋ ਸਰਕਾਰ ਨੇ ਦਿੱਤਾ ਵੱਡਾ ਝਟਕਾ ਸਿੱਧੂ ਦੇ ਮਾਪਿਆਂ ਨੇ ਲਿਖ ਕੇ ਦਿੱਤੇ ਪੁੱਤਰ ਦੇ ਕਾਤਲਾਂ ਦੇ ਨਾਮ ਨਾਲ ਹੀ ਕਾਤਲਾਂ ਵੱਡਾ ਐਲਾਨ ਇੰਨਾ ਲੋਕਾਂ ਨੂੰ ਫ੍ਰੀ ਖਾਣਾ ਦਿੰਦੀ ਹੈ ਰੇਲਵੇ ਜ਼ਿਆਦਾਤਰ ਲੋਕ ਨਹੀਂ ਜਾਣਦੇ ਹੋਣਗੇ ਆਈਆਰਸੀਟੀਸੀ ਦਾ ਇਹ ਨਿਜਮ ਵਿਚ ਵਿੱਚ ਆ ਰਹੀਆਂ ਮੰਡੀਆਂ ਦੀਆਂ ਖਬਰਾਂ ਤੋਂ ਬਾਅਦ ਭੂ ਮਾਫੀਆ ਦੀ ਤੀਜੀ ਅੱਖ ਹੁਣ ਜ਼ਮੀਨਾਂ ਤੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਖਿਲਾਫ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਕਿਸਾਨਾਂ ਨੂੰ ਜ਼ਮੀਨਾਂ ਛੱਡਣ ਦੇ ਨੋਟਿਸ ਨੂੰ ਲੈ ਕੇ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਹੁਣ ਨਹੀਂ ਚੱਲੇਗਾ ਮਨਰੇਗਾ ਚ ਭ੍ਰਿਸ਼ਟਾਚਾਰ ਇੱਕ ਜ਼ਰੂਰੀ ਤੋਂ ਬਦਲੇ ਨਿਜਮ ਪੰਜਾਬ ਸਰਕਾਰ ਦਾ ਵੱਡਾ ਫੈਸਲਾ 5773 ਪਿੰਡਾਂ ਨੂੰ ਰੈਵਨਿਊ ਲੈਂਡ ਦੀ ਰਜਿਸਟਰੀ ਲਈ ਐਨਓਸੀ ਤੋਂ ਦਿੱਤੀ ਛੋਟ ਖੁਦ ਹੀ ਲਾ ਲੋ ਦੁਕਾਨਦਾਰ ਅਗੇ ਪੰਜਾਬੀ ਚ ਬੁਰ ਨਹੀਂ ਤਾਂ ਪੰਜਾਬ ਸਰਕਾਰ ਲਵੇਗੀ ਸਖਤ ਐਕਸ਼ਨ ਵੱਡੀ ਖਬਰ ਅੰਮ੍ਰਿਤਸਰ ਲੁਧਿਆਣਾ ਸਮੇਤ ਮੁਹਾਲੀ ਚ ਚੱਲੇਗੀ ਮੈਟਰੋ ਟ੍ਰੇਨ ਪੰਜਾਬ ਸਰਕਾਰ ਨੇ ਦਸਵੀਂ ਕਾਰਵਾਈਆਂ ਕੀਤੀਆਂ ਮੁਕੰਮਲ ਪੰਜਾਬ ਸਰਕਾਰ ਨੇ ਅੰਕਲਵੜੀ ਸੈਂਟਰਾਂ ਵਿੱਚ 8 ਜਨਵਰੀ ਤੱਕ ਕੀਤੀ ਹੈ ਛੁੱਟੀਆਂ ਡਾਕਟਰ ਬਲਜੀਤ ਘਰ ਹੁਣ ਦੁਬਈ ਚ ਮਹਤਮਲੇਗੀ ਸ਼ਰਾਬ ਨਹੀਂ ਦੇਣਾ ਪਵੇਗਾ 30 ਫੀਸਦੀ ਟੈਕਸ ਲਾਇਸੈਂਸ ਫੀਸ ਵੀ ਖਤਮ ਤਾਂ ਦੋਸਤੋ ਇਹ ਸੀ ਆਪਣੀ ਇਸ ਵੇਲੇ ਦੀਆਂ ਚੋਣਵੀਂ ਖਬਰਾਂ ਹੁਣ ਗੱਲਬਾਤ ਕਰਦੇ ਜਿੰਨਾਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਖਬਰ ਹੈ ਕੈਨੇਡਾ ਚ ਹੁਣ ਭਾਰਤੀ 2 ਸਾਲ ਤੱਕ ਨਹੀਂ ਕਰ ਸਕਣਗੇ ਇਹ ਕਮਟ ਰੋਡੋ ਸਰਕਾਰ ਨੇ ਦਿੱਤਾ ਵੱਡਾ ਝਟਕਾ ਕੈਨੇਡਾ 'ਚ ਰਹਿਣ ਵਾਲੇ ਵਿਦੇਸ਼ੀ ਲੋਕ ਜੇਕਰ ਆਪਣੇ ਘਰ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਲਈ ਇੱਕ ਬੁਰੀ ਖਬਰ ਹੈ ਕੈਨੇਡਾ 'ਚ ਜਸਟਿਸ ਟਰੂਡੋ ਦੀ ਸਰਕਾਰ ਨੇ ਵਿਦੇਸ਼ੀ ਲੋਕਾਂ ਦੇ ਘਰ ਖਰੀਦਣ ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ ਹਾਲਾਂਕਿ ਨਿਯਮਾਂ ਵਿੱਚ ਕੁਝ ਲੋਕਾਂ ਨੂੰ ਛੋਟ ਦਿੱਤੀ ਗਈ ਹੈ ਜਿਵੇਂ ਕਿ ਕੈਨੇਡਾ 'ਚ ਰਹਿਣ ਵਾਲੇ ਸਥਾਈ ਲੋਕ ਤੇ ਸ਼ਰਨਾਰਥੀ ਆਪਣਾ ਘਰ ਲੈ ਸਕਦੇ ਨੇ ਸਰਕਾਰ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਲਈ ਘਰ ਨਹੀਂ ਉਪਲਬਧ ਹੋ پا ਰਹੇ ਸਨ ਇਸ ਲਈ 2 ਸਾਲ ਲਈ ਇਹ ਨਿਯਮ ਲਾਗੂ ਕੀਤਾ ਗਿਆ ਹੈ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਨਿਯਮ ਸਿਰਫ ਸ਼ਹਿਰੀ ਕਾਰਾਂ ਤੇ ਲਾਗੂ ਕੀਤਾ ਗਿਆ 2021 ਦੀਆਂ ਚੋਣਾਂ ਤੋਂ ਪਹਿਲਾਂ ਹੀ ਜਸਟਨ ਟਰੂਡੋ ਨੇ ਇਸ ਤੇ پابੰਦੀ ਦੀ ਗੱਲ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਰਹਿਣ ਵਾਲੇ ਲੋਕਾਂ ਦੀ ਘਰ ਦੀ ਕੀਮਤ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ ਉਹਨਾਂ ਦੇ ਲਿਬਰਲ ਪਾਰਟੀ ਨੇ ਕਿਹਾ ਸੀ ਕਿ ਕੈਨੇਡਾ ਦੇ ਲੋਕਾਂ ਲਈ ਘਰ ਖਰੀਦਣਾ ਆਸਾਨ ਬਣਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਵਿਦੇਸ਼ੀ ਲੋਕ ਜ਼ਿਆਦਾ ਕੀਮਤਾਂ 'ਚ ਘਰ ਖਰੀਦ ਲੈਂਦੇ ਹਨ ਜਿਸ ਕਾਰਨ ਇਹਨਾਂ ਦੇ ਦਰਵਾਜ਼ੇ ਜਾਂਦੀਆਂ ਤੇ ਇੱਥੋਂ ਦੇ ਨਾਗਰਿਕਾਂ ਲਈ ਆਪਣਾ ਘਰ ਖਰੀਦਣਾ ਮੁਸ਼ਕਲ ਹੋ ਜਾਂਦਾ ਹੈ ਸਿੱਧੂ ਦੇ ਮਾਪਿਆਂ ਨੇ ਲਿਖ ਕੇ ਦਿੱਤੇ ਪੁੱਤਰ ਦੇ ਕਾਤਲਾਂ ਦੇ ਨਾਮ ਨਾਲ ਹੀ ਘਾਟਾ ਵੱਡਾ ਐਲਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਈ ਮਹੀਨੇ ਬੀਤ ਚੁੱਕੇ ਨੇ ਪਰ ਉਸ ਨੂੰ ਇਨਸਾਫ ਹਾਲੇ ਤੱਕ ਨਹੀਂ ਮਿਲਿਆ ਸਿੱਧੂ ਦੇ ਮਾਪੇ ਅਤੇ ਉਸ ਨੂੰ ਚੋਣ ਵਾਲੇ ਪ੍ਰਸ਼ਾਸਕ ਪੰਜਾਬ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਦੁੱਖ ਹੈ ਕਿ ਉਹਨਾਂ ਦੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਤੇ ਪੁਲਿਸ ਗੰਭੀਰ ਨਜ਼ਰ ਨਹੀਂ ਆ ਰਹੀ ਇਹਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਸੰਘਰਸ਼ ਵਿੜਨ ਦੀ ਚੇਤਾਵਨੀ ਦਿੱਤੀ ਹੈ ਖਬਰਾਹਾਨ ਦੇ ਸਿੱਧ ਮੂਸੇਵਾਲਾ ਦੀ ਮਾਤਾ ਚਰਨਕੌਰ ਨੇ ਨਵੇਂ ਸਾਲ ਮੌਕੇ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਭੇਟ ਕੀਤੀ ਪਿੰਡ ਮੂਸਾ ਚ ਗਾਇਕ ਦੇ ਪ੍ਰਸ਼ਾਸਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਉਹਨਾਂ ਕਿਹਾ ਕਿ ਪਿਛਲਾ ਸਾਲ ਉਹਨਾਂ ਨੇ ਪਰਿਵਾਰ ਨੂੰ ਡੂੰਘਾ ਸਦਮਾ ਦੇ ਗਿਆ ਹੈ ਜਿਸ ਨੂੰ ਉਹ ਆਖਰੀ ਸਾਹ ਤੱਕ ਨਹੀਂ ਭੁਲਾ ਸਕਦੇ ਚਰਨਕੌਰ ਨੇ ਗਿਲਾ ਕਰਦਕਿਹਾ ਕਿ ਪੰਜਾਬ ਪੁਲਿਸ ਅਜੇ ਤੱਕ ਮੇਰੇ ਪੁੱਤ ਦੇ ਕਾਤਲਾਂ ਨੂੰ ਨਹੀਂ ਫੜ ਸਕੀ ਤੇ ਹੁਣ ਪੁਲਿਸ ਤੋਂ ਇਹ ਉਮੀਦ ਵੀ ਖਤਮ ਹੁੰਦੀ ਜਾ ਰਹੀ ਹੈ ਦਾਦੇਕੇ ਸਿੱਧੂ ਦੇ ਪਰਿਵਾਰ ਨੇ ਪੁੱਤਰ ਦੇ ਕਤਲ ਮਾਮਲੇ 'ਚ ਸ਼ਾਮਲ ਕੁਝ ਮੁਲਜ਼ਮਾਂ ਦੇ ਨਾਂ ਲਿਖਤੀ ਤੌਰ ਤੇ ਪੁਲਿਸ ਅਤੇ ਸੂਬਾ ਸਰਕਾਰ ਨੂੰ ਸੌਂਪੇ ਸਨ ਪਰ ਹਾਲੇ ਤੱਕ ਨਿਆਂ ਨਹੀਂ ਮਿਲਿਆ ਉਹਨਾਂ ਮੰਗ ਕੀਤੀ ਹੈ ਕਿ ਗਾਇਕ ਦੇ ਕਤਲ 'ਚ ਸ਼ਾਮਲ ਮੁਲਜ਼ਮਾਂ ਦੇ ਨਾਂ ਜਨਤਕ ਕੀਤੇ ਜਾਣ ਉਹ ਚਾਹੁੰਦੇ ਹਨ ਕਿ ਨਾ ਸਿਰਫ ਮੁਲਜ਼ਮਾਂ ਨੂੰ ਸਖਤ ਸਜ਼ਾ ਮਿਲੇ ਸਗੋਂ ਸਿੱਧੂ ਮੂਸੇਵਾਲਾ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਦਾ ਵੀ ਪਰਦਾਫਾਸ਼ ਹੋਵੇ ਇਨਾ ਲੋਕਾਂ ਨੂੰ ਫ੍ਰੀ ਖਾਣਾ ਦਿੰਦੀ ਹੈ ਰੇਲਵੇ ਜ਼ਿਆਦਾਤਰ ਲੋਕ ਨਹੀਂ ਜਾਣਦੇ ਹੋਣਗੇ ਆਈਆਰਸੀਟੀਸੀ ਦਾ ਇਹ ਨਿਯਮ ਸਰਦੀਆਂ 'ਚ ਸੰਗਨੀ ਤੁੰਦਕੰਨ ਰੇਲਗੱਡੀ ਅਕਸਰ ਲੇਟ ਹੋ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹੀ ਸਥਿਤੀ 'ਚ ਤੁਸੀਂ ਮੁਫਤ ਭੋਜਨ ਪਾਣੀ ਅਤੇ ਨਾਸ਼ਤੇ ਦੀ ਸਹੂਲਤ ਦਾ ਲਾਭ ਲੈ ਸਕਦੇ ਹੋ ਜੀਹਾਂ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇ ਕਿ ਰੇਲਵੇ ਦੇ ਨਿਯਮਾਂ ਮੁਤਾਬਕ ਜੇਕਰ ਕੋਈ ਟ੍ਰੇਨ 2 ਘੰਟੇ ਜਾਂ ਇਸ ਤੋਂ ਵੱਧ ਲੇਟ ਹੋ ਜਾਂਦੀ ਤਾਂ ਯਾਤਰੀਆਂ ਨੂੰ ਮੁਫਤ ਨਾਸ਼ਤਾ ਤੇ ਭੋਜਨ ਦੀ ਸਹੂਲਤ ਦਿੱਤੀ ਜਾਂਦੀ ਹੈ ਪਰ ਇਹ ਸਹੂਲਤ ਕੁਝ ਚੁਣੀਆਂ ਗਈਆਂ ਐਕਸਪ੍ਰੈਸ ਟ੍ਰੇਨਾਂ 'ਤੇ ਹੀ ਉਪਲਬਧ ਹੈ ਇਹਨਾਂ ਟ੍ਰੇਨਾਂ 'ਚ ਰਾਜਧਾਨੀ ਦੇ ਸ਼ਟਾਬਦੀ ਅਤੇ ਦੁਰੰਤੋ ਐਕਸਪ੍ਰੈਸ ਸ਼ਾਮਲ ਨੇ ਸਰਦੀਆਂ ਦੇ ਮੌਸਮ 'ਚ ਤੁੰਦਕੰਨ ਕਈ ਤਿਆਬਦੀ देर ਨਾਲ ਚੱਲਦੀਆਂ ਨੇ ਅਜਿਹੀ ਤੇ ਜੇਕਰ ਤੁਹਾਡੀ ਟ੍ਰੇਨ ਵੀ ਲੇਟ ਹੋ ਜਾਂਦੀ ਹੈ ਤਾਂ ਤੁਹਾਨੂੰ ਇਸ ਸਹੂਲਤ ਦਾ ਫਾਇਦਾ ਉਠਾਉਣਾ ਚਾਹੀਦਾ ਵੈਸੇ ਜੇਕਰ ਟ੍ਰੇਨ ਲੇਟ ਹੁੰਦੀ ਹੈ ਤਾਂ ਆਈਆਰਸੀ ਆਈਆਰ ਸੀਟੀਸੀ ਯਾਤਰੀਆਂ ਨੂੰ ਇਸ ਸਹੂਲਤ ਦਿੰਦਾ ਪਰ ਜੇਕਰ ਤੁਹਾਡੇ ਤੱਕ ਭੋਜਨ ਨਹੀਂ ਪਹੁੰਚਦਾ ਤਾਂ ਤੁਸੀਂ ਆਈਆਰਸੀ ਸੀਟੀਸੀ ਤੋਂ ਇਸ ਸਹੂਲਤ ਦੀ ਮੰਗ ਕਰ ਸਕਦੇ ਹੋ ਵਿਚ ਵਿੱਚ ਆ ਰਹੀਆਂ ਮੰਡੀਆਂ ਦੀਆਂ ਖਬਰਾਂ ਤੋਂ ਬਾਅਦ ਭੂ ਮਾਫੀਆ ਦੀ ਤੀਜੀ ਅੱਖ ਹੁਣ ਜ਼ਮੀਨਾਂ ਤੇ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਹੋਏ ਕਾਗ ਵਪਾਰੀਆਂ ਨੇ ਡੇਢ ਦਹਾਕਾ ਪਹਿਲਾਂ ਆਈ ਮੰਡੀ ਤੋਂ ਸਬਕ ਲੈਣਦਿਆਂ ਸ਼ਹਿਰੀ ਪ੍ਰਾਪਰਟੀ ਤੋਂ ਹੱਥ ਪੇਸ਼ਾ ਖਿੱਚ ਕੇ ਵਾਹਯੋਗ ਜ਼ਮੀਨਾਂ ਦੀ ਖਰੀਦ-ਮੋਹਲ ਰੁਖ ਕਰ ਲਿਆ ਹੈ ਜਿਸ ਦੇ ਨਤੀਜੇ ਵਜੋਂ ਪਿਛਲੇ ਸਾਲ ਵਿੱਚ ਜ਼ਮੀਨ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ ਅਸਲ ਵਿੱਚ 2008 ਦੀ ਮੰਡੀ ਅਤੇ 2020 ਦੇ ਕਰੋਨਾ ਕਾਲ ਦੇ ਸਮੇਂ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਹੱਥਾਂ ਤੇ ਸਰੋਂ ਜਮਾ ਦਿੱਤੀ ਸੀ ਕਿ ਮੰਡੀ ਅਤੇ ਮਾਰੇ ਸਮੇਂ ਵਿੱਚ ਜੇਕਰ ਕੋਈ ਪੱਕੀ ਆਮਦਨੀ ਦੇ ਸਕਦੀ ਹੈ ਤਾਂ ਉਹ ਸਿਰਫ ਜ਼ਮੀਨਾਂ ਹੀ ਹਨ ਜਿਨ੍ਹਾਂ ਦੀਆਂ ਕੀਮਤਾਂ ਤੇ ਫਸ ਤੇ ਮੰਡੀ ਦਾ ਅਸਰ ਨਹੀਂ ਹੁੰਦਾ ਕਿਉਂਕਿ 2008 ਅਤੇ 2020 ਵੇਲੇ ਵੀ ਕੇਵਲ ਖੇਤੀ ਸੈਕਟਰ ਨੇ ਹੀ ਲੋਕਾਂ ਦੀ ਬਾਹ ਫਾੜੀ ਸੀ ਜਿਸ ਤੋਂ ਵਪਾਰੀ ਵਰਗ ਨੇ ਆਮਦਨ ਵੀ ਹਾਸਲ ਕੀਤੀ ਤੇ ਮੰਡੀ ਦਾ ਸਮਾਂ ਗੁਜ਼ਰ ਜਾਂ ਤੋਂ ਬਾਅਦ 2017-18 ਵਿੱਚ ਜ਼ਮੀਨਾਂ ਵੇਚ ਕੇ ਮੋਟਾ ਮੁਨਾਫਾ ਵੀ ਕਮਾਇਆ ਪੂ ਮਾਫੀਆ ਦੇ ਦੋਹੇ ਹੱਥੀ ਲੱਡੂ ਸਨ 2007 ਦੀ ਤੇਜ਼ੀ ਸਮੇਂ ਸ਼ਹਿਰੀ ਪ੍ਰਾਪਰਟੀ ਤੋਂ ਕਮਾਈ ਕਰਨ ਨਾਲ ਜ਼ਮੀਨਾਂ ਖਰੀਦ ਕੇ 2017-18 ਵਿੱਚ ਜ਼ਮੀਨਾਂ ਵੇਚ ਕੇ ਇਹ ਰਕਮ ਵੀ ਇੱਕ ਨੰਬਰ ਵਿੱਚ ਕਰ ਲਈ ਤੇ ਫਿਰ ਦੁਬਾਰਾ ਫਿਰ ਮੰਡੀ ਨਾਲ ਜੁੜੀ ਹੋਈ ਸ਼ਹਿਰੀ ਜਾਇਦਾਦ ਦੀ 2017-18 ਵਿੱਚ ਖਰੀਦ ਕਰ ਲਈ ਵਪਾਰੀਵਾਰਗ ਨੇ ਸ਼ਹਿਰਾਂ ਵਿੱਚ ਸੋਤ ਸੰਭਾਲ ਦੇ ਸੜਕਾਂ ਤੇ ਖਾਣੇ ਪੇ ਪਲਾਟਾਂ ਨੂੰ ਖਰੀਦ ਸ਼ੋਅਰੂਮਾਂ ਦਾ ਨਾਮ ਦੇ ਕੇ ਫਿਰ ਮੋਟੀ ਕਮਾਈ ਕੀਤੀ ਕੁਮਾਫੀ ਨੇ ਸ਼ਹਿਰ ਦੇ ਨੇੜੇ ਲੱਗਦੀਆਂ ਜ਼ਮੀਨਾਂ ਖਰੀਦ ਕੇ ਕਲੋਨੀਆਂ ਵੀ ਘਟ ਦਿੱਤੀਆਂ ਨੇ ਸਰਕਾਰ ਨੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਸਕੂਲ ਖਿਲਾਫ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਜੇ ਸੂਬੇ ਚ ਪੈ ਰਹੀ ਕੜਾਕੇ ਦੀ ਠੰਡ ਦੇ ਧੰਦ ਕਰਨ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਇਸ ਕੋ ਸਰਕਾਰੀ ਐਡਿਡ ਮਾਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਚ ਨਵੀਆਂ ਛੁੱਟੀਆਂ ਦਾ ਵਾਅਦਾ ਕਰ ਦਿੱਤਾ ਹੈ ਸਰਕਾਰ ਨੇ ਨਵੇਂ ਹੁਕਮ ਅਨੁਸਾਰ ਸਾਰੇ ਸਕੂਲਾਂ ਵਿੱਚ 8 ਜਨਵਰੀ ਤੱਕ ਛੁੱਟੀਆਂ ਚ ਵਾਅਦਾ ਕਰ ਦਿੱਤਾ ਹੈ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਪ੍ਰਾਈਵੇਟ ਅਦਾਰਿਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਗਏ ਹਨ ਹੁਕਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਜ਼ਿਲ੍ਹਾ ਰੋਪੜ ਦੇ ਇੱਕ ਪ੍ਰਾਈਵੇਟ ਸਕੂਲ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਕਿਸਾਨਾਂ ਨੂੰ ਜ਼ਮੀਨਾਂ ਛੱਡਣ ਦੇ ਨੋਟਿਸ ਨੂੰ ਲੈ ਕੇ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਬੀਕੇਯੂ ਇਕਤਾ ਉਗਰਾਹਾ ਪੰਜਾਬ ਜਨਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਅਗਵਾਈ ਹੇਠ ਪੈਂਡ ਮੱਲਨ ਦੇ ਵਿੱਚ ਕਿਸਾਨਾਂ ਨੂੰ ਬੀਡੀਪੀਓ ਦਫ਼ਤਰ ਵਜੋਂ ਸ਼ਾਮਲਤ ਜਮਲਾ ਮਸਤਕਾ ਜ਼ਮੀਨਾਂ ਛੱਡਣ ਦੇ ਨੋਟਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਕਿਸਾਨ ਆਗੂ ਨੇ ਦੱਸਿਆ ਕਿ ਪਿੰਡ ਮੱਲਾਂ ਦੇ ਅਨੇਕਾਂ ਕਿਸਾਨਾਂ ਨੂੰ ਸ਼ਾਮਲਤ ਜਮਲਾ ਮੁਸਤਰਕਾ ਜ਼ਮੀਨਾਂ ਛੱਡਣ ਦੇ ਨੋਟਿਸ ਅਤੇ ਸਰਕਾਰੀ ਇਸ਼ਾਰੇ ਤੇ ਬੀਡੀਪੀਓ ਦਫ਼ਤਰ ਗਿੱਦੜਬਾਹਾ ਵੱਲੋਂ ਭੇਜਿਆ ਗਿਆ ਉਹਨਾਂ ਨੇ ਦੱਸਿਆ ਕਿ ਪਿੰਡ ਮੱਲਾਂ ਦੇ ਅਨੇਕਾਂ ਕਿਸਾਨਾਂ ਨੂੰ ਸ਼ਾਮਲਾਂ ਜ਼ਮੀਨਾਂ ਜਮਲਾ ਮੁਸਤਰਕਾ ਜ਼ਮੀਨਾਂ ਦੇ ਮਾਲਕ ਨੂੰ ਜੋ 70-70 ਸਾਲ ਤੋਂ ਕਾਸ਼ਤਕਾਰ ਤੇ ਜ਼ਮੀਨਾਂ ਦੇ ਇੰਤਕਾਲ ਵੀ ਉਹਨਾਂ ਦੇ ਨਾਮ ਤੇ ਹਨ ਉਹ ਸਰਕਾਰ ਦੀ ਚਾਲ ਹੈ ਕਿ ਅਜਿਹੀਆਂ ਜ਼ਮੀਨਾਂ ਪੰਚਾਇਤਾਂ ਨੂੰ ਵਿਕਾਸਕਾਰ ਦਾ ਦੇ ਨਾਂ ਤੇ ਕਾਰਪੋਰੇਟ ਕਰਾਉਣੇ ਨੂੰ ਦੀ ਚਾਲ ਨੂੰ ਹਰ ਕਦੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਅਜਿਹੀਆਂ ਜ਼ਮੀਨਾਂ ਹੋਰ ਨਾ ਪਿੰਡਾਂ ਵਿੱਚ ਪਈਆਂ ਹਨ ਖੋਨ ਨਹੀਂ ਦਿੱਤੀਆਂ ਜਾਣਗੀਆਂ ਇਸ ਧੱਕੇਸ਼ਾਹੀ ਵਿਰੁੱਧ ਲਗਾਤਾਰ ਪੀੜਤਾ ਦੇ ਹੱਕ ਵਿੱਚ ਸੰਘਰਸ਼ ਜਾਰੀ ਰੱਖਿਆ ਜਾਵੇਗਾ ਹੁਣ ਨਹੀਂ ਚੱਲੇਗਾ ਮਨਰੇਗਾ ਵਿੱਚ ਭ੍ਰਿਸ਼ਟਾਚਾਰ ਇੱਕ ਜ਼ਰੂਰੀ ਤੋਂ ਬਦਲੇ ਨਿਯਮ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਲਈ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ ਮਨ ਰੈਗਾ ਨੂੰ ਲਾਗੂ ਕੀਤਾ ਗਿਆ ਇਸ ਕਾਨੂੰਨ ਤਹਿਤ ਰੋਜ਼ਗਾਰ ਦੀ ਗਰੰਟੀ ਹੈ ਤਾਂ ਜੋ ਲੋੜਵੰਦ ਲੋਕ ਰੋਜੀ ਕਮਾ ਸਕਣ ਸਮੇਂ ਦੇ ਨਾਲ ਇਸ ਕਾਨੂੰਨ ਨਾਲ ਸੰਬੰਧ ਨਿਯਮਾਂ ਵਿੱਚ ਕੋਈ ਕਈ ਬਦਲਾਅ ਕੀਤੇ ਗਏ ਨੇ ਤਾਂ ਜੋ ਪ੍ਰੇਟਾਚਰ ਨੂੰ ਠੱਲ ਪਾਈ ਜਾ ਸਕੇ ਇਸੇ ਪ੍ਰਕਰਿਆ ਤਹਿਤ ਹੁਣ ਇੱਕ ਹੋਰ ਨਿਯਮ ਬਦਲਿਆ ਗਿਆ ਹੈ ਬਦਲਿਆ ਹੋਇਆ ਨਿਯਮ 1 ਜਨਵਰੀ 2023 ਤੋਂ ਲਾਗੂ ਹੋ ਗਿਆ ਹੈ ਬਦਲੀਆਂ ਗਈਆਂ ਵੀ ਵਿਵਸਥਾਵਾਂ ਤਹਿਤ ਮਨਰੇਗਾ ਤਹਿਤ ਕੰਮ ਕਰਨ ਵਾਲਿਆਂ ਲਈ ਡਿਜੀਟਲ ਹਾਜ਼ਰੀ ਲਾਜ਼ਮੀ ਕਰ ਦਿੱਤੀ ਗਈ ਹੈ ਕੇਂਦਰ ਸਰਕਾਰ ਨੇ 23 ਦਸੰਬਰ 2022 ਨੂੰ ਸਾਰੇ ਰਾਜਾਂ ਵਿੱਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਸੰਬੰਧ ਵਿੱਚ ਇੱਕ ਪੱਤਰ ਲਿਖਿਆ ਸੀ ਪਿੰਡੂ ਵਿਕਾਸ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਕ ਜਨਵਰੀ ਜਾਤੇ ਤੋ ਮਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਡਿਜੀਟਲ ਹਾਜ਼ਰੀ ਲਾਜ਼ਮੀ ਕਰ ਦਿੱਤੀ ਗਈ ਹੈ ਇਸ ਦਾ ਉਦੇਸ਼ ਭ੍ਰਿਸ਼ਟਾਚਾਰ ਨੂੰ ਰੋਕਣਾ ਤੇ ਜਵਾਬਦੇਹੀ ਤੈਅ ਕਰਨਾ ਹੈ ਇਸ ਸਬੰਧੀ ਕੇਂਦਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਕਿ ਮਨਰੇਗਾ ਤਹਿਤ ਕੰਮ ਕਰਨ ਵਾਲਿਆਂ ਲਈ ਵਾਲੀ ਕੰਮ ਵਾਲੀ ਥਾਂ ਤੇ ਮੋਬਾਈਲ ਐਪ ਨੈਸ਼ਨਲ ਮੋਬਾਈਲ ਮੋਨਿਟਰਿੰਗ ਸਿਸਟਮ 'ਤੇ ਰਜਿਸਟਰ ਹੋਣਾ ਲਾਜ਼ਮੀ ਹੈ ਵਿਅਕਤੀਗਤ ਲਾਭਪਾਤੀ ਸਕੀਮ ਪ੍ਰੋਜੈਕਟ ਨੂੰ ਸ਼ੋਰਟ ਦਿੱਤੀ ਗਈ ਹੈ ਪੰਜਾਬ ਸਰਕਾਰ ਦਾ ਵੱਡਾ ਫੈਸਲਾ 5777 ਪਿੰਡਾਂ ਦੀ ਪਿੰਡਾਂ ਨੂੰ ਰੈਵਨਿਊ ਲੈਂਡ ਦੀ ਰਜਿਸਟਰੀ ਲਈ ਐਨਓਸੀ ਤੋਂ ਦਿੱਤੀ ਛੋਟ ਹੈ ਜ਼ਮੀਨ ਮਾਲਕਾਂ ਨੂੰ ਵੱਡੀ ਰਾਹਤ ਦਿੰਦੇ ਆ ਪੰਜਾਬ ਨੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਭਾਗ ਨੇ ਪਿੰਡੂ ਖੇਤਰਾ ਵਿੱਚ ਰੈਵਨਿਊ ਲੈਂਡ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਸੂਬੇ ਦੇ 5773 ਪਿੰਡਾਂ ਨੂੰ ਐਨਓਸੀ ਲੈਣ ਤੋਂ ਛੋਟ ਦੇ ਦਿੱਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਰ ਅਰੋੜ ਨੇ ਦੱਸਿਆ ਕਿ ਇਹ ਲੋਕਪੱਖੀ ਫੈਸਲਾ ਜ਼ਮੀਨ ਮਾਲਕਾਂ ਨੂੰ ਵੱਡੀ ਰਾਹਤ ਦੇਣ ਦੇ ਨਾਲ-ਨਾਲ 22 ਜ਼ਿਲ੍ਹਿਆਂ ਵਿੱਚ ਪੈਦੇ 5773 ਪਿੰਡਾਂ ਵਿੱਚ ਰੈਵਨਿਊ ਸਟੇਟ ਦੀ ਨਿਰਵਿਘਨ ਜਾ ਰਜਿਸਟ੍ਰੇਸ਼ਨ ਲਈ ਦਾ ਪਧਰਾ ਕਰੇਗਾ ਜਿਕਰ ਦੋਗਾ ਕਿ ਗੈਰ ਕਾਨੂੰਨੀ ਕਲੋਨੀਆ ਤੇ ਰੋਕ ਲਗਾਉਣ ਲਈ ਮਾਲ ਭਾਗ ਵੱਲੋਂ ਹਾਲ ਹੀ ਵਿੱਚ ਵਿਕਾਸ ਅਥਾਰਟੀ ਜਾਂ ਲੋਕਲ ਬਾਡੀ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੀਆਂ ਜਾਇਦਾਦਾਂ ਦੇ ਰਜਿਸਟ੍ਰੇਸ਼ਨ ਲਈ ਐਨਓਸੀ ਜਾਰੀ ਕਰਨਾ ਲਾਜ਼ਮੀ ਕਰ ਦਿੱਤਾ ਹੈ ਇਹ ਇਹ ਫੈਸਲਾ ਪਿੰਡਾਂ ਦੀ ਰੈਵਨਿਊ ਲੈਂਡ ਤੇ ਵੀ ਲਾਗੂ ਹੋ ਗਿਆ ਸੀ ਜਿਸ ਨਾਲ ਜ਼ਮੀਨ ਮਾਲਕਾਂ ਲਈ ਪਿੰਡੂ ਖੇਤਰੀ ਜ਼ਮੀਨਾਂ ਦੇ ਰਜਿਸਟਰੀ ਕਰਵਾਉਣ ਤੋਂ ਪਹਿਲਾਂ ਲਾਇਸੈਂਸ ਲੈਣਾ ਲਾਜ਼ਮੀ ਹੋ ਗਿਆ ਸੀ ਉਧ ਹੀ ਲਾ ਲੋ ਦੁਕਾਨਾਂ ਅਗੇ ਪੰਜਾਬੀ ਵਿੱਚ ਬੋਰ ਨਹੀਂ ਤਾਂ ਪੰਜਾਬ ਸਰਕਾਰ ਲਵੇਗੀ ਸਖਤ ਐਕਸ਼ਨ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਕੱਲ ਜਲੰਧਰ ਪਹੁੰਚੇ ਇੱਥੇ ਉਹਨਾਂ ਵੱਲੋਂ ਜਲੰਧਰ ਦੀ ਆਈਸਕ੍ਰੀਮ ਦੀ ਦੁਕਾਨ ਦਾ ਬੋਰ ਪੰਜਾਬੀ ਭਾਸ਼ਾ ਵਿੱਚ ਲਗਵਾਇਆ ਗਿਆ ਇਸ ਮੌਕੇ ਉਹਨਾਂ ਕਿਹਾ ਕਿ ਸਰ ਪੰਜਾਬੀ ਸਾਡੀ ਮਾਂ ਬੋਲੀ ਹੈ ਜਿਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਧਾਰਾ ਤੇ ਦੁਕਾਨਾਂ ਨੂੰ ਆਪਣੇ ਬੋਰ ਪੰਜਾਬੀ ਭਾਸ਼ਾ ਵਿੱਚ ਲਗਾਉਣ ਲਈ ਕਿਹਾ ਗਿਆ ਹੈ ਇਹ ਕੰਮ ਹੁਣ ਸ਼ੁਰੂ ਹੋ ਗਿਆ ਲੋਕਾਂ ਨੇ ਪੰਜਾਬੀ ਭਾਸ਼ਾ ਵਿੱਚ ਬੋਰ ਲਾਉਣੇ ਸ਼ੁਰੂ ਕਰ ਦਿੱਤੇ ਨੇ ਉਨਾ ਕਿਹਾ ਕਿ ਜੋ ਅਜੀਹਾ ਨਹੀਂ ਕਰਨਗੇ ਉਹਨਾਂ ਖਿਲਾਫ ਕੁਝ ਸਮੇਂ ਬਾਅਦ ਕਾਰਵਾਈ ਕੀਤੀ ਜਾਵੇਗੀ ਮੰਤਰੀ ਨੇ ਸਪਸ਼ਟ ਕੀਤਾ ਕਿ ਪੰਜਾਬੀ ਭਾਸ਼ਾ ਵਿੱਚ ਸਖਤੀ ਨਾਲ ਬੋਰਡ ਲਗਾਏ ਜਾਣਗੇ ਉਹ ਵੱਡੀ ਖਬਰ ਅੰਮ੍ਰਿਤਸਰ ਲੁਧਿਆਣਾ ਸਮੇਤ ਮੁਹਾਲੀ ਚ ਚੱਲੇਗੀ ਮੈਟਰੋ ਟ੍ਰੇਨ ਪੰਜਾਬ ਸਰਕਾਰ ਨੇ ਦਸਵੀਂ ਕਾਰਵਾਈਆਂ ਕੀਤੀਆਂ ਮੁਕੰਮਲ ਆ ਪੰਜਾਬ ਦੇ ਸ਼ਹਿਰਾਂ ਵਿੱਚ ਵਧੇ ਟ੍ਰੈਫਿਕ ਦੇ ਬੋਝ ਨੂੰ ਘਟਾ ਕਰਨ ਲਈ ਸੂਬਾ ਸਰਕਾਰ ਮੁਹਾਲੀ ਸਮੇਤ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਮੈਟਰੋ ਚਲਾਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ ਨੇ ਇਸ ਸਬੰਧੀ ਅਧਿਕਾਰ ਏਜੰਸੀ ਤੋਂ ਸਰਵੇਖਣ ਕਰਵਾਉਣ ਦਾ ਫੈਸਲਾ ਕੀਤਾ ਹੈ ਸਬੰਧੀ ਰਸਮੀ ਕਾਰਵਾਈਆਂ ਮੁਕੰਮਲ ਕਰ ਲਈਆਂ ਗਈਆਂ ਨੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਪ੍ਰੋਜੈਕਟ ਹਕੀਕਤ ਵਿੱਚ ਬਦਲ ਜਾਵੇਗਾ ਤੇ ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਕਹੀ ਪੰਜਾਬ ਦੇ ਸ਼ਹਿਰਾਂ ਵਿੱਚ ਆਵਾਜਾਈ ਦਾ ਭੋਜ ਵਧ ਗਿਆ ਖਾਸ ਕਰਕੇ ਵੱਡੇ ਸ਼ਹਿਰਾਂ ਵਿੱਚ ਸਵੇਰ ਸ਼ਾਮ ਜਾਮ ਇੱਕ ਆਮ ਗੱਲ ਬਣ ਗਈ ਹੈ ਇਸ ਨੂੰ ਧਿਆਨ ਵਿੱਚ ਰੱਖਦਿਆਂ ਮੈਟਰੋ ਚਲਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਕੈਬਨਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਹਨਾਂ ਨੇ ਆਪਣੇ ਵਿਭਾਗ ਨੂੰ ਇਨ ਸੰਗਣੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਮੈਟਰੋ ਦੀ ਸੰਭਾਵਨਾ ਦੀ ਜਾਂਚ ਕਰਨ ਲਈ ਜਲਦੀ ਤੋਂ ਜਲਦੀ ਸਰਵੇਖਣ ਕਰਨ ਲਈ ਕਿਹਾ ਹੈ आरआईटीईएस ਅਜਾਸੀ ਹਵਾਈ ਅੱਡਿਆਂ ਬੰਦਰਗਾਹਾਂ ਹਾਈਵੇ ਅਤੇ ਸ਼ਹਿਰੀ ਯੋਜਨਾਵਾਂ ਸਮੇਤ ਹੋਰ ਬੁਨਿਆਦੀ ਢਾਂਚੇ ਲਈ ਸਲਾਹਾਂ ਸੇਵਾਵਾਂ ਤੋਂ ਇਲਾਵਾ ਆਪਰੇਟਰਾਂ ਨੂੰ ਰੇਲ ਟ੍ਰਾਂਸਪੋਰਟ ਪ੍ਰਬੰਧਨ ਵਿੱਚ ਸਲਾਹ-ਮਸ਼ਵਰਾ ਸੇਵਾਵਾਂ ਪ੍ਰਦਾਨ ਕਰਦੀ ਹੈ ਪੰਜਾਬ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਵਿੱਚ 8 ਜਨਵਰੀ ਤੱਕ ਕੀਤੀਆਂ ਛੁੱਟੀਆਂ ਡਾਕਟਰ ਬਲਜੀਤ ਕੌਰ ਪੰਜਾਬ ਸਰਕਾਰ ਨੇ ਸੂਬੇ ਵਿੱਚ ਆਤਿ ਸਾਰਦੀ ਹੋਣ ਕਾਰਨ ਸਾਰੇ ਅੰਗਣਵਾੜੀ ਸੈਂਟਰਾਂ ਵਿੱਚ 8 ਜਨਵਰੀ 2023 ਤੱਕ ਸਹਾਤੀਆਂ ਦੀਆਂ ਛੁੱਟੀਆਂ ਕੀਤੀਆਂ ਨੇ ਇਸ ਸਬੰਧੀ ਜਾਣ ਕੇ ਦਿੰਦੇ ਆ ਪੰਜਾਬ ਦੇ ਸਮਾਜਿਕ ਸੁਰੱਖਿਆ ਔਰਤਾਂ ਤੇ ਬਾਲ ਕਸਮਾਂਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਸਾਰਦੀ ਤੋਂ ਬਚਾਉਣੇ ਸੂਬੇ ਦੇ ਸਾਰੇ ਅੰਗਣਵਾੜੀ ਸੈਂਟਰਾਂ ਵਿੱਚ 8 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਨੇ ਪੰਜਾਬ ਦੇ ਸਾਰੇ ਅੰਗਣਵਾੜੀ ਸੈਂਟਰ 9 ਜਨਵਰੀ 2023 ਨੂੰ ਖੁੱਲਣਗੇ ਜੇਕਰ ਜੋਗਾ ਕਿ ਪੰਜਾਬ ਸਰਕਾਰ ਵੱਲੋਂ ਇਹ ਛੁੱਟੀਆਂ ਦਾ ਮੌਸਮ ਦੇ ਖਰਾਬ ਹੋਣ ਕਾਰਨ ਬੱਚਿਆਂ ਦੀ ਸਿਹਤ ਦੇ ਮਤੇ ਦਾਜ ਰਕੀਤੀਆਂ ਗਈਆਂ ਨੇ ਹੁਣ ਦੁਬਈ 'ਚ ਮੁਫਤ ਮਿਲੇਗੀ ਸ਼ਰਾਬ ਨਹੀਂ ਦਿਨਾ ਪਵੇਗਾ 30 ਫੀਸਦੀ ਟੈਕਸ ਲਾਇਸੈਂਸ ਫੀਸ ਵੀ ਖਤਮ ਅੱਜ ਦੀ ਲਾਸਟ ਖਬਰ ਹੈ ਜੀ ਦੁਬਈ ਦੇ ਸ਼ਾਹੀ ਪਰਿਵਾਰ ਨੇ ਸਹਿਤਪਾਤੀ ਨੂੰ ਹੋਰ ਪਰਫੁੱਲਤ ਕਰ ਲਈ ਸ਼ਰਾਬ ਦੀ ਵਿਕਰੀ ਤੇ 30 ਫੀਸਦੀ ਟੈਕਸ ਅਤੇ ਸ਼ਰਾਬ ਦਾ ਲਾਇਸੈਂਸ ਲੈਣ ਦੀ ਫੀਸ ਦੋਵਾਂ ਨੂੰ ਖਤਮ ਕਰ ਦਿੱਤਾ ਹੈ ਇਹ ਇਹ ਐਲਾਨ ਦੁਬਈ ਦੀਆਂ ਦੋ ਸਰਕਾਰੀ ਸ਼ਰਾਬ ਕੰਪਨੀਆਂ ਵੱਲੋਂ ਨਵੇਂ ਸਾਲ ਤੇ ਕੀਤਾ ਗਿਆ ਹੈ ਇਹ ਸੱਤਾਧਾਰੀ ਅਲ ਅਕਤੂਮ ਪਰਿਵਾਰ ਦੇ ਹੁਕਮਾਂ ਤੇ ਹੋਇਆ ਹੈ ਯੂਏਈ ਸਰਕਾਰ ਨੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਤੇ ਨਾ ਹੀ ਇਸ ਸਬੰਧ ਇਹ ਇਹ ਨਾਲ ਸੰਬੰਧ ਕਿਸੇ ਨਿਊਜ਼ ਏਜੰਸੀ ਦੇ ਸਵਾਲਾਂ ਦਾ ਜਵਾਬ ਦਿੰਦਾ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਦੁਬਈ ਨੇ ਹਾਲ ਹੀ ਵਿੱਚ ਰਮਜ਼ਾਨ ਦੇ ਮਹੀਨੇ ਵਿੱਚ ਦਿਨ ਵਾਲੇ ਸ਼ਰਾਬ ਦੀ ਵਿਕਰੀ ਸ਼ੁਰੂ ਕੀਤੀ ਸੀ ਤੇ ਕੋਵਿਡ ਲਾਕਡਾਊਨ ਦੌਰਾਨ ਸ਼ਰਾਬ ਦੀ ਹੋਮ ਡਿਲੀਵਰੀ ਕੀਤੀ ਸੀ ਤੇ ਹੁਣ ਤੱਕ ਦੁਬਈ ਨੂੰ ਸ਼ਰਾਬ ਦੀ ਵਿਕਰੀ ਤੋਂ ਮਾਲੀਏ ਦਾ ਵੱਡਾ ਹਿੱਸਾ ਮਿਲਦਾ ਸੀ ਜੋ ਇਸ ਨਵੇਂ ਫੈਸਲੇ ਨਾਲ ਮਿਲਣਾ ਬੰਦ ਹੋ ਜਾਵੇਗਾ ਨੇੜਲੇ ਖਤਰ ਵਿੱਚ ਹਾਲ ਹੀ ਵਿੱਚ ਹੋਏ FIFA ਵਿਸ਼ਵ ਕੱਪ ਦੌਰਾਨ ਦੁਬਈ ਦੀਆਂ ਕਈ 12 ਦੇ ਫੁੱਟਬਾਲ ਪ੍ਰਸ਼ਾਸਕਾਂ ਨੂੰ ਆਕਰਸ਼ਿਤ ਕੀਤਾ ਤਾ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵਡੀਆਂ ਖਬਰਾਂ ਦੋਸਤੋ ਜੇ ਸਾਡੇ ਦੌਰਨ ਤੁਸੀਂ ਗਈ ਜਾਣ ਕੇ ਤੁਹਾਨੂੰ ਵਧੀਆ ਲੱਗਿਆ ਤਾਂ ਜਾਣਕਾਰੀ ਨੂੰ ਵੱਤ ਵਾਦ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਹਾਂ ਜੀ ਅਗਲੇ ਦਿਨੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਇਨਾਂ ਹੀ ਧੰਨਵਾਦ ਸਤਿ ਸ਼੍ਰੀ ਅਕਾਲ